ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਆਏਂਗੇ ਜੀ ਰੋਸ਼ਨ ਨਰਸਰੀ ਸਕੂਲ ਦੇ ਕੁਛ ਪੌਦੇ ਜਿਹੜੇ ਖਰੀਦਣੇ ਸੀਗੇ ਸਕੂਲ ਵਾਸਤੇ, ਸੀਜ਼ਨਲ ਪਲਾਂਟ ਜਿਹੜੇ ਹੁਣ ਸਰਦੀਆਂ ਦੇ ਵਿੱਚ ਫੁੱਲ ਵਾਲੇ ਬੂਟੇ ਵਧੀਆ ਸਜਾਵਟ ਵਾਸਤੇ। ਆਹ ਵੇਖੋ, ਇਹਨਾਂ ਕੋਲ ਬਹੁਤ ਸਾਰੀ ਵਰਾਇਟੀ ਹੈਗੀ ਸੀਜ਼ਨਲ ਫੁੱਲਾਂ ਦੀ। ਰੋਸ਼ਨ ਨਰਸਰੀ ਪਾਤੜਾ, ਇਹ ਹੈਗੀ ਛਤਰਾਣਾ ਆਪਣਾ ਜਿਹੜਾ ਖਨੌਰੀ ਵਾਲਾ ਰੋਡ ਹੈਗਾ ਨਵੇਂ ਬੱਸ ਸਟੈਂਡ ਕੋਲ, ਪੁਲ ਦੇ ਨੀਚੇ ਵਾਲੇ ਪਾਸੇ ਹੈਗੀ ਇਹ। ਹਾਂਜੀ ਦੋਸਤੋ, ਹੁਣ ਆਪਾਂ ਤੁਹਾਨੂੰ ਮਿਲਾਉਂਦੇ ਹਾਂ ਇਸ ਨਰਸਰੀ ਦੇ ਜਿਹੜੇ ਮਾਲਕ ਨੇ। ਹਾਂਜੀ ਬਾਈ, ਨਾਮ ਦੱਸੋ ਤੁਹਾਡਾ। ਇਮਰਾਨ। ਅੱਛਾ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਨਰਸਰੀ ਸਟਾਰਟ ਕਰਿਆ ਨੂੰ? 2016 ਸੇ ਹੈ, ਆਜ ਹੋ ਗਏ 6 ਸਾਲ। ਅੱਛਾ, ਤੇ ਵਧੀਆ ਚੱਲ ਰਿਹਾ ਇੱਥੇ? ਕਿੰਨੀ ਵਰਾਇਟੀ ਹੈ ਤੁਹਾਡੇ ਕੋਲ ਫੁੱਲਾਂ ਦੀ ਇੱਥੇ ਇਸ ਟਾਈਮ? ਮੇਰੇ ਕੋਲ ਸਾਰੀ ਵਰਾਇਟੀ ਮਿਲਾ ਕੇ 310 ਵਰਾਇਟੀ ਲਿਖਾ ਰੱਖਾ। ਅੱਛਾ, 310 ਵਰਾਇਟੀ, ਠੀਕ ਹੈ। ਅਤੇ ਤੁਸੀਂ ਜੇ ਕੋਈ ਔਨਲਾਈਨ ਮੰਗਵਾਉਣਾ ਚਾਹੁੰਦਾ ਤੁਹਾਡੇ ਤੋਂ ਔਡਰ, ਤੁਸੀਂ ਭੇਜ ਦਿੰਦੇ ਹੋ ਜਾਂ ਇਕੱਲਾ ਇੱਥੇ ਆ ਕੇ ਖਰੀਦ ਸਕਦਾ? ਨਾ, ਯਹੀਂ ਸੇ। ਅੱਛਾ, ਔਨਲਾਈਨ ਨਹੀਂ? ਔਨਲਾਈਨ ਅਗਰ ਆਪ ਫੋਨ ਕਰੋਗੇ ਤੋ ਯਹਾਂ ਸੇ ਜਿਤਨੀ ਮਰਜ਼ੀ ਦੂਰ ਭੇਜਣਾ ਹੈ ਵਹਾਂ ਪੇ ਪਹੁੰਚਾ ਸਕਦੇ, ਠੀਕ ਹੈ? ਕਿਉਂਕਿ ਨਾ ਸਾਡੇ ਕੋਲ ਮੋਹਾਲੀ ਚੰਡੀਗੜ੍ਹ, ਉਹ ਕਹਿੰਦੇ ਸਾਨੂੰ ਰੇਟ ਬੜੇ ਹਾਈ ਪੈਂਦੇ ਨੇ, ਮੈਨੂੰ ਕਮੈਂਟ ਆਉਂਦੇ ਆ ਯੂਟਿਊਬ 'ਤੇ, ਉਹ ਕਹਿੰਦੇ ਵੀ ਸਾਨੂੰ ਇੱਥੇ ਬੜੇ ਰੇਟ ਹਾਈ ਨੇ, ਜੇ ਕੋਈ ਸਾਨੂੰ ਔਨਲਾਈਨ ਭੇਜ ਸਕਦਾ ਤਾਂ ਤੁਸੀਂ ਕੰਟੈਕਟ ਸ਼ੇਅਰ ਕਰੋ। ਜਿਤਨੇ ਜਿਸੇ ਬੜੇ ਬੜੇ ਸ਼ਹਿਰ ਹੈ ਨਾ, ਉਨਮੇਂ ਪੌਦੇ ਕੀ ਕੋਈ ਐਸਾ ਹੈ ਜੋ ਆਫਿਸ ਮਤਲਬ ਨੌਕਰੀ ਵਾਲੇ ਹੈ ਜੀ, ਇਨ ਲੋਕੋ ਕਾ ਇੱਕ ਟਾਈਮ ਤੋ ਹੈ ਨਹੀਂ ਕਿਸੀ ਸੇ ਰੇਟ ਕਰੇ, ਤੋ ਵਹਾਂ ਪੇ ਮਹਿੰਗਾ ਪੌਦਾ ਜ਼ਿਆਦਾ ਹੋਗਾ, ਠੀਕ ਹੈ? ਉਹਨੇ ਯਹਾਂ ਪੇ ਰੇਟ ਬਹੁਤ ਨੋਰਮਲ ਹੋਗੇ। ਅਬ ਵਹਾਂ ਪੇ ਯਹਾਂ ਪੇ ਜਿਸੇ ਗੇਂਦਾ ਆਪਕੋ ਅਗਰ ਜ਼ਿਆਦਾ ਹੀ ਧੱਕਾ ਕੋਈ ਕਰਤਾ ਹੈ ਤੋ ਮਾਨ ਲੋ 15 ਮੇਂ ਵੀ ਦੇ ਦੇਤੇ ਹੈ, ਠੀਕ ਹੈ? ਕਹਤੇ ਹੈ ਕਿ ਚਲੋ ਪੈਸੇ ਪੂਰਾ ਹੋ ਜਾਏਗਾ, ਠੀਕ ਹੈ, ਨਹੀਂ ਤੋ ਵਹਾਂ ਪੇ ਆਪਕੋ 25 ਸੇ ਕਮ ਨਹੀਂ ਮਿਲੇਗਾ, ਠੀਕ ਹੈ? ਹਾਂ, ਉਹ ਨਾ ਯੂਟਿਊਬ ਤੇ ਕਮੈਂਟ ਕਰਦੇ ਆ ਮੇਰੀ ਵੀਡੀਓ ਤੇ, ਉਹ ਕਹਿੰਦੇ ਵੀ ਸਾਨੂੰ ਇੱਧਰ ਤੁਸੀਂ ਕੋਈ ਦੱਸੋ ਕਿਸੇ ਦਾ ਕੰਟੈਕਟ ਨੰਬਰ ਦਿਓ ਵੀ ਜਿਹੜੇ ਸਾਨੂੰ ਪੌਦੇ ਭੇਜ ਦੇਣ ਉੱਥੇ, ਕਿਉਂਕਿ ਸਾਨੂੰ ਇੱਥੋਂ ਮਹਿੰਗੇ ਮਿਲਦੇ ਆ। ਇਤਨੀ ਦੂਰ ਨਹੀਂ ਯਹਾਂ ਸੇ ਜਾ ਸਕਤੇ ਹੈਂ, ਹਮ ਵਹੀਂ ਸੇ ਵਹੀਂ ਦਿਲਾ ਦੇਂਗੇ। ਆਪਣੀ ਨਰਸਰੀ ਵਹਾਂ ਪੇ ਹੈ, ਠੀਕ ਹੈ? ਹਰ ਸ਼ਹਿਰ ਮੇਂ ਆਪਣੀ ਨਰਸਰੀ ਇੱਕ ਦੋ ਹੈ, ਕੋਈ ਭਾਈ ਕੀ ਹੈ, ਕੋਈ ਰਿਸ਼ਤੇਦਾਰ ਕੀ ਹੈ, ਠੀਕ ਹੈ? ਸਭੀ ਜਗ੍ਹਾ ਹੈ, ਹਮ ਆਪਕੋ ਕੰਟੈਕਟ ਕਰਕੇ ਜੋ ਯਹਾਂ ਰੇਟ ਮਿਲਤਾ ਹੈ ਵਹੀ ਰੇਟ ਮੇਂ ਦਿਲਾ ਦੇਂਗੇ। ਜੇ ਤੁਸੀਂ ਆਪਣਾ ਨਾ ਨੰਬਰ ਬੋਲ ਦਿਓ ਇਹਦੇ 'ਚ ਤਾਂ ਕਿ ਤੁਹਾਨੂੰ ਉਹ ਕੰਟੈਕਟ ਕਰ ਲੈਣ ਅਤੇ ਤੁਸੀਂ ਪੌਦੇ ਜਿਹੜੇ ਸਸਤੇ ਉੱਥੋਂ ਮਿਲ ਜਾਣ। 8968144904। ਹਾਂ, ਇੱਕ ਨਰਸਰੀ ਦਾ ਨਾਮ ਬੋਲ ਦਿਓ। ਰੋਸ਼ਨ ਨਰਸਰੀ, ਨਰਮਾਨਾ ਰੋਡ, ਨਿਆ ਬੱਸ ਸਟੈਂਡ, ਗੋਲ ਸਿਟੀ, ਠੀਕ ਹੈ? ਪਾਤੜਾ ਸ਼ਹਿਰ ਦੇ ਵਿੱਚ ਹੈ ਜੀ ਇਹ, ਪਾਤੜਾ ਸ਼ਹਿਰ ਸੇ 1 ਕਿਲੋਮੀਟਰ ਨਿਕਲ ਕੇ ਹੈ। ਤੇ ਇਹਨਾਂ ਨੇ ਨੰਬਰ ਆਪਣਾ ਬੋਲਤਾ ਹੈ ਤੇ ਤੁਸੀਂ ਕੰਟੈਕਟ ਕਰ ਲਿਓ ਉਹਨਾਂ ਨਾਲ, ਜੇ ਤੁਹਾਡੇ ਨੇੜੇ ਦੀ ਨਰਸਰੀ ਉੱਥੋਂ ਥੋੜ੍ਹਾ ਜਿਹਾ ਡਿਸਕਾਊਂਟ ਦਵਾ ਦੇਣਗੇ। ਬਾਕੀ ਤੁਹਾਨੂੰ ਨਰਸਰੀ ਦੇ ਵਿੱਚ ਇਹਨਾਂ ਦਾ ਦਿਖਾਉਂਦੇ ਹਾਂ ਆਪਾਂ, ਅੰਦਰ ਜਿਹੜੇ ਇਨਡੋਰ ਪਲਾਂਟ ਰੱਖੇ ਹੋਏ ਨੇ ਇਹਨਾਂ ਨੇ, ਤੇ ਬਾਕੀ ਉਹਨਾਂ ਬਾਰੇ ਕੁਛ ਜਾਣਕਾਰੀ ਲਵਾਂਗੇ ਇਹਨਾਂ ਤੋਂ। ਇਨਡੋਰ ਪਲਾਂਟ ਆ ਗਏ ਸਾਰੇ ਜੀ? ਸਾਰੇ ਯਹਾਂ ਸੇ ਇਨਡੋਰ ਪਲਾਂਟ ਚਾਲੂ ਹੈ, ਠੀਕ ਹੈ? ਤੁਸੀਂ ਅੱਗੇ ਆ ਜਾਓ ਥੋੜ੍ਹਾ ਜਿਹਾ, ਫਿਰ ਤੁਸੀਂ ਦੱਸੋਗੇ ਨਾ। ਤੇ ਅੱਛਾ, ਇਹ ਸਾਰੇ ਇਨਡੋਰ ਨੇ? ਸਾਰੇ ਇਨਡੋਰ ਹੈ, ਇਹਨਾਂ ਨੂੰ ਅੰਦਰ ਹੀ ਰੱਖਣਾ ਪਊਗਾ। ਦੇਖੋ, ਇਹ ਪਲੈਂਸਟੀਆ ਬੋਲਤੇ ਹੈ ਇਸਕੋ। ਅੱਛਾ, ਇਨਡੋਰ ਪਲਾਂਟ ਹੈ, ਬਹੁਤ ਸੋਹਣਾ ਚਲਤਾ ਹੈ ਇਹ, ਠੀਕ ਹੈ? ਇਹ ਕਿੰਨੇ ਦਾ ਇਹ? ਇਹ ਜੀ ਪਲਾਂਟ ਇਹ ਰੱਖਾ ਹੈ 300 ਰੁਪਏ ਦਾ, ਅਗਰ ਇਸਮੇ ਕਮਰੇਜ ਕਾ ਵੀ ਲੈਣਾ ਹੈ, ਠੀਕ ਹੈ, ਉਹ ਪਿੱਛੇ ਪੜੇ ਹੋਏ ਸਸਤੇ ਮਿਲਦੇ। ਉਹ ਸਾਈਜ਼ ਛੋਟਾ ਹੋਊਗਾ ਹੈ? ਹਾਂ, ਸਾਈਜ਼ ਛੋਟਾ ਹੋਗਾ ਜੀ। ਸਹੀ, ਇਹ ਪਲਾਂਟ ਇਹ ਥੋੜਾ ਪੀਸ ਅਭੀ ਆਇਆ, ਥੋੜਾ ਦਬ ਗਏ ਹੈ, ਠੀਕ ਹੈ? ਇਹ ਕਮ ਰੇਟ ਮੇਂ ਆ ਜਾਤੇ ਹੈ, ਇਹ 200 ਰੁਪਏ। ਇਹ ਅੰਦਰ ਹੀ ਰੱਖ ਸਕਦੇਗੇ ਆਪਾਂ? ਅੰਦਰ ਹੀ ਰੱਖ ਸਕਤੇ ਹੈ, ਸਹੀ ਹੈ, ਪਲਾਂਟ ਹੈ, ਅੰਦਰ ਹੀ ਰੱਖ ਸਕਤੇ ਹੈ, ਠੀਕ ਹੈ? ਔਰ ਜਿਹੜੇ ਇਹ ਇਨਡੋਰ ਪਲਾਂਟ ਨੇ ਇਹਨਾਂ ਨੂੰ ਪਾਣੀ ਆਪਾਂ ਕਿੰਨੇ ਦਿਨਾਂ ਬਾਅਦ ਪਾ ਸਕਦੇ ਹਾਂ? ਇਹਨਾਂ ਨੂੰ ਪਾਣੀ ਬਸ ਮਾਨ ਕੇ ਚਲੋ ਹਫਤੇ 10 ਦਿਨ ਮੇਂ ਇੱਕ ਵਾਰੀ ਪਾਣੀ ਪੜਤਾ ਹੈ, ਠੀਕ ਹੈ? ਅਗਰ ਆਪ ਵੋਟ ਡਾਲੋਗੇ ਤੋ ਪੌਦਾ ਪਲਾਂਟ ਮਰ ਜਾਤਾ ਹੈ, ਠੀਕ ਹੈ? ਹਫਤੇ 10 ਦਿਨ ਦੇ ਵਿੱਚ ਪਾਈਏ, ਮਤਲਬ ਕਿ ਜਦੋਂ ਜਿਹੜੀ ਮਿੱਟੀ ਹੈ ਨਾ, ਮਿੱਟੀ ਜਿਸੇ ਖੁਕਸ ਹੋਣੇ ਲੱਗੀ, ਦੇਖੋ ਹੱਥ ਨਾਲ ਭੁਰਨ ਲੱਗ ਜੇ, ਮਤਲਬ ਕਿ ਮਿੱਟੀ ਖੁਕਸ ਹੋ ਜਾਏ ਤਾਂ ਪਾਣੀ ਇਸਮੇ ਆਧਾ ਗਲਾਸ ਪਾਣਾ, ਠੀਕ ਹੈ? ਅਗਰ ਇਨਡੋਰ ਪਲਾਂਟ, ਅਗਰ ਆਪ ਜ਼ਿਆਦਾ ਪਾਣੀ ਡਾਲੋਗੇ ਤੋ ਇਹ ਮਰ ਜਾਏਗੇ, ਠੀਕ ਹੈ? ਜਿਹੜੇ ਅੰਦਰ ਵਾਲੇ ਹੁੰਦੇ ਆ ਸਾਰੇ, ਹੈ ਨਾ? ਜੋ ਬਾਹਰ ਪਲਾਂਟ ਹੋਤਾ ਹੈ ਉਸਕੋ ਆਪ ਤੀਸਰੇ ਚੌਥੇ ਦਿਨ ਪਾਣੀ ਪਾ ਸਕਤੇ ਹੋ, ਠੀਕ ਹੈ? ਸਰਦੀਆਂ ਮੇਂ, ਸਰਦੀਆਂ ਮੇਂ ਆਪ ਡੇਲੀ ਪਾਣੀ, ਹੈ ਨਾ? ਤੇ ਇਹ ਸਾਰੇ ਇਨਡੋਰ ਨੇ, ਹੈ? ਆ ਜਿਹੜੇ ਹੈਂਗਿੰਗ ਦੇ ਵਿੱਚ ਨੇ ਇਹ ਇਨਡੋਰ ਹੈ? ਅੱਛਾ, ਸਾਰੇ ਇਨਡੋਰ ਹੈ, ਇਹ ਸਾਰੇ ਇਨਡੋਰ ਨੇ, ਇਹ ਬੜੀਆ। ਗਮਲਿਆਂ 'ਚ ਵੀ ਬਹੁਤ ਸਾਰੀ ਵੈਰਾਈਟੀ ਹੈਗੀ ਇਹਨਾਂ ਕੋਲ। ਆ ਚੀਨੀ ਦੇ ਗਮਲੇ, ਨਾ ਇਹਨਾਂ ਨੂੰ ਪੇਂਟ ਕਰਨ ਦੀ ਲੋੜ, ਬਹੁਤ ਸਾਰੀ ਵੈਰਾਈਟੀ ਹੈਗੀ ਇਹਨਾਂ 'ਚ। ਅਤੇ ਬਾਕੀ ਆ ਇੱਧਰ ਚੀਨੀ ਮਿੱਟੀ ਵਾਲੇ ਜਿਹੜੇ ਦੂਸਰੇ ਹੈਗੇ, ਆ ਵੇਖੋ ਇਹ ਵੀ ਬਹੁਤ ਸੋਹਣੇ ਨੇਗੇ। ਅਤੇ ਬਾਕੀ ਆ ਸਮਿੰਟ ਵਾਲੇ ਵੀ ਹੈਗੇ ਇਹਨਾਂ ਕੋਲ, ਹਰ ਇੱਕ ਸਾਈਜ਼ ਦੇ ਵਿੱਚ ਮਿਲ ਜਾਂਦੇ ਨੇ। ਅਤੇ ਰੇਟ ਵੀ ਇਹਨਾਂ ਦਾ ਠੀਕ ਹੈਗਾ, ਅਸੀਂ ਪੱਕੇ ਹੀ ਇਹਨਾਂ ਤੋਂ ਖਰੀਦ ਦਿਆਂਗੇ ਸਕੂਲ ਵਾਸਤੇ ਪੌਦੇ। ਆਹ ਵੇਖੋ ਵੱਡੇ ਤੋਂ
सारे बड़े भी गमले हैगी है ते बाकी आह दूसरे लकड़ दी शेप वाले बनाए हुए इन्होंने बहुत वरायटी हैगी गमले दी इन्हां कोल। हाँ जी ये गुलाब दी कितनी वरायटी हैगी ये वीर जी? स्प्रे गुलाब बोलते हैं। अच्छा इसपे कोई कंडा नहीं होगा? ठीक है। बेल मंगू चलता है, इसे बेल को चढ़ाते हैं। ठीक है। इस टाइम में चलेगा, इसमें ये इसको हम किसी कंध के ऊपर चढ़ा सकते हैं? हाँ जी हाँ। अच्छा कोई भी कंध पे चढ़ा लो या कोई पेड़ के साथ में चढ़ा लो। ठीक है। ये क्वालिटी होगी, इस पे कंडा नहीं होगा। ठीक है। इधर भी नहीं है कंडा? ना इसके भी कंडा नहीं है। एक ये व्हाइट है, ये बेल तो नहीं होती है पर कंडा इस पे भी नहीं होता है। ये क्वालिटी इन पे माड़ा मोटा कंडा होगा। ते फुल अपना कितना टाइम खेड़ देने दे? 12 महीने लेफ्ट पौधा चलता है, बस केयर कर ले जाओ, पौधा मरते ही नहीं है। ठीक है। प्राइस की है इसका कितने का है? इसका प्राइस है 70 रुपए। ठीक है। ये अंग्रेजी गुलाब है, वैसे किसी नस्ल अंग्रेजी है पर इसका नाम जो है स्प्रे गुलाब बोलते हैं। ठीक है। वैसे अंग्रेजी में भी सारा गुलाब पड़ा है, वो बड़े फूल वाला है। चलो इसको भी निकाल दो आप, हमें 5 पेटे निकाल दो। कलर कौन से? अलग अलग निकाल दो, बिना कंडे वाले जेडे बेल बन के चढ़नगे ना अपने। वो वैरायटी भी गुलदौदी दी सारी? हां हां ये भी सारी गुलदौदी है। गुलदौदी दे विच देखो इन्हां कोल ना बहुत वधिया वखरे वखरे रंगां दे विच वैरायटी है जिहड़ी हैगी है। 20 रुपए दा इक पौधा है। ये पौधा सर्दियों के फुल देंगे ने पर है परमानेंट है, फ्लावर नहीं जो सर्दियों के आते हैं। मिक्सचर गुलाब देखो नहीं, नहीं, तो छोटे छोटे गुलाब के जो फुल लगते बहुत ही सोहने ने। ये हाईब्रिड वरायटी एक पूरा भरिया रहा है, बूटा जरा 12 महीने फुलों के नाल सारी हाईब्रिड है जी वरायटी है गुलाब की। ये जो फुल ने लाल टैना रेंदे 12 महीने खेड़े हुए? 12 महीने। अच्छा क्या लाल टैना कहते हैं? अच्छा ठीक है। आप ना तीनों निकाल दो हमें। हाँ जी। तो एक मैं होर पूछना सी बई तुहानू यार, मतलब कि जिहड़ा थोड़ा नर्सरी वाला काम है ना, इहदे च ज़्यादातर थोड़े बंदे है जिहड़े अपने यूपी तो जां बिहार तो यही बंदे ज़्यादा नर्सरी है जिहड़े स्टार्ट करते हैं। मान लो कि जे साडे लोकल बंदे ने नर्सरी स्टार्ट करनी होवे, उहदे वास्ते तुसीं कोई सलाह दिओ वी हाँ किवें स्टार्ट कर सकदा है? उहदे वास्ते आपको एक बंदा ही रखना पड़ेगा। ठीक है। आप यहाँ पे या तो आपको एक बंदा यहाँ छोड़ना पड़ेगा, उसको पूरा महीने तक ठीक है नॉलेज ले ले कि किसको कब पानी लगाना है, कब छांव में रखना है पौधा, कब धूप में निकालना है, ऐसे सारी नॉलेज उसको लेनी पड़ेगी। ठीक है। 1-1.5 महीना ठीक है, तभी वो सीख सके नर्सरी हो सकती है। ठीक है। अगर जे कोई चाहता है थोड़े को ट्रेनिंग लेना तो दे सकते हो? बिल्कुल, अपने कोई चक्कर नहीं, बिल्कुल देंगे ट्रेनिंग, आए उसको सारी चीजें समझाएंगे। ठीक है। तो फिर ये प्लान जो पौधे है तुम सारे बाहर तो मंगाने या इतने भी कुछ बीज तो तैयार कर दोगे? इतने भी बीजते हैं और जैसे हर स्टेट से पौधा अलग अलग आता है। ठीक है। अपना सहारनपुर हो गया, इधर अपना पंजाब में गंगानगर पड़ता है। ठीक है। पौली गाँव ठीक है, वहाँ से भी आते हैं। इधर अपना पूना हो गया। ठीक है। और आंध्रा हो गया। ठीक है। कलकत्ता हो गया और ये गजरोला हो गया, यूपी में पड़ता है ये। ठीक है। हर जगह से प्लांट आते हैं। ठीक है। वो तुसी फिर सारे इकट्ठे मंगवा लेने ऑर्डर करके? ऑर्डर गाड़ियां भर भर के आती हैं। ठीक है। चीज तो ऐसे आते रहते हैं 12 महीना, कहीं कभी कहीं से आया, कभी कहीं से आया। ठीक है। मान लो कि जे हुण किसी ने स्टार्ट करना है थोड़े को सीख के, फिर तुसी जे पौधे कित्थों आउंदे तुसी वो भी उन्होंने अरेंज करवाओगे भी हाँ इत्थों पौधे आ जाणगे थोड़े कोले? उन्हें सारा कुछ दसेंगे, अगर वो बोलेगा साथ जाना तो साथ भी जाएंगे। ठीक है। नहीं अगर बोलेगा तो आप उसको एड्रेस बता देंगे, आप अपनी मर्जी से ले आ जाएंगे।
ਠੀਕ ਹੈ, ਇਹਨੂੰ ਕੋਈ ਦਿੱਕਤ ਨਹੀਂ ਹੈ। ਦੂਸਰਾ ਹੁਣ ਆਪਾਂ ਤੁਹਾਡਾ ਪੌਦਿਆਂ ਬਾਰੇ ਪੁੱਛ ਲਈਏ, ਮਤਲਬ ਕਿ ਜਿਹੜੀ ਮਿੱਟੀ ਹੈ ਅਸੀਂ ਗਮਲਿਆਂ ਦੇ ਵਿੱਚ ਪਾਉਣੀ ਹੈ। ਮੈਂ ਤਾਂ ਮੇਰੇ ਕੋਲ ਦੇਸੀ ਖਾਦ ਹੈ ਜਿਹੜੀ ਰੂੜੀ ਵਾਲੀ, ਮੈਂ ਤਾਂ ਸਿਰਫ ਉਹੀ ਵਰਤਦਾ ਅਤੇ ਵਧੀਆ ਚੱਲਦੇ ਆ। ਬਾਕੀ ਤੁਸੀਂ ਕਿਸੇ ਕੋਲ ਉਹ ਹੁੰਦੀ ਨਹੀਂ ਖਾਦ, ਹਰ ਇੱਕ ਕੋਲ ਜਿਹੜੇ ਸ਼ਹਿਰਾਂ 'ਚ ਰਹਿੰਦੇ ਹਨ ਉਹਨਾਂ ਨੂੰ ਲਿਆਉਣੀ ਔਖੀ ਹੈ। ਤੁਸੀਂ ਇਹ ਸਲਾਹ ਦਿਓ ਵੀ ਪੌਦਿਆਂ ਦੇ ਵਿੱਚ ਕਿਹੜੀ ਮਿੱਟੀ ਪਾਈਏ? ਜੋ ਦੇਸੀ ਰੂੜੀ ਹੁੰਦੀ ਹੈ ਨਾ, ਉਹ ਤੋਂ ਅਸਲ ਮੇਂ ਜਾਏ ਨਰਸਰੀ ਮੇਂ ਜਾਏ, ਠੀਕ ਹੈ, ਨਰਸਰੀ ਮੇਂ थोड़ा लालच ना करें तो वहाँ मिट्टी मोल मिल सकती है आपको, बढ़िया मिट्टी, ठीक है। जो कई घर बनाते हैं लाल मिट्टी पा देते हैं, उनसे पौधा मरता है, ठीक है। आप उसमें 10 रुपये गमला, 10 या 5 रुपये गमले के हिसाब से मिट्टी देगा, कोई भी नर्सरी वाला होगा, ठीक है, बढ़िया मिट्टी देगा। उसमें आप देसी रूढ़ी नहीं मिलाओ तो आप बर्मी कंपोस्ट मिला के पौधा लगाओ, ठीक है, कदम मरना नहीं। अगर देसी रूढ़ी हैगी वो तो बढ़िया है ना, उधर जो बढ़िया चल रहा है। रूढ़ी नहीं, देसी रूढ़ी ऐसा है वो मान लो 10% 100% में 20% लगती है, ठीक है, तो उससे पौधा नहीं मरेगा। अगर आपने 50 भी कर दिया, आधी कर दिया, 70 भी कर दिया, पौधा कोई नहीं बचा सकता, ठीक है, मरना है, ठीक है, ठीक है, ठीक है जी। चलो थोड़ा बहुत बहुत धन्यवाद, तुसी सानू इन्नी जानकारी दित्ती, ते वीडियो नू तुसी जे वधिया लगी शेयर जरूर करियो, ते जे किसे नू इन्हां कोलों जानकारी लैनी है तां कॉन्टैक्ट नंबर इन्हां ने दस्सिया हैगा, तां तुसी इन्हां नाल कॉन्टैक्ट कर सकदे होंगे जे किसे ने इह काम शुरू करना है, ठीक है जी। सति श्री अकाल सारिआं नू, फिर मिलदे हां किसे होर नवीं वीडियो नाल।